ਬੀਬੀ ਕਦਮ ਚੰਦਨ ਮਦੀਨੇ ਦੀਆਂ ਔਰਤਾਂ ਦਰੂਦ ਪੜਦੀਆਂ ਵੱਧ ਕਦਮ ਚੰਦਨ ਵੱਧ ਦਰੂਦ ਦੀ ਬਾਰਿਸ਼ ਹੁੰਦੀ ਹੈ ਸਾਨੀਆ ਗੱਲ ਖਾ ਗਈ ਹੈ ਜਦਾਂ ਅਲੀ ਅਕਬਰ ਦੀ ਭੈਣ ਕਦਮ ਚੰਦੀ ਹੈ ਤਾਂ ਦਰੂਦ ਦੀ ਬਾਰਿਸ਼ ਹੁੰਦੀ ਹੈ ਜਦੋਂ ਹੁਸੈਨ ਦੀ ਭੈਣ ਕਦਮ ਚੰਦੀ ਹੈ ਪੱਥਰਾਂ ਦੀ ਬਾਰਿਸ਼ ਬਿਸਮਿਲਲਾ ਬਿਸਮਿਲਲਾ ਮੈਂ ਬੜੇ ਔਖੇ ਮੌੜ ਤੇ ਆ ਗਿਆ ਪੁਰਾਣੇ ਅਦਾਦਾਰ ਜਾਣਦੇ ਨੇ ਐ ਮੁਹੰਮਦ ਹਨਫੀਆ ਦਾ ਘੋੜੇ ਦੀ ਬਾਗ ਛੱਤ ਤੇ ਹੁਣ ਮਾਫ ਕਰ ਦੇਣਾ ਮੈਂ ਪਰਦਾ ਨਹੀਂ ਪਾ ਸਕਦਾ ਐ ਕਾਫਲਾ ਟੁਰਦਾ ਆਂਦਾ ਹੈ ਮੁਹੰਮਦ ਹਨਫੀਆ ਦੀ ਨਿਗਾਹ ਪਈ ਓ ਦੂਰ ਰਸਤੇ ਤੇ ਕੱਜ ਨਬੀ ਬੈਠਾ ਜਿਵੇਂ ਅੱਜ ਨਬੀ ਤਦੀਦ ਪਈ ਹੈ ਨਾ ਮੁਹੰਮਦ ਪੇ ਫਰਮੈਨ ਸੁਗਰਾ ਅਕਬਰ ਦੀ ਭੈਣ ਕਦਮ ਰੋਕ ਚਾਚਾ ਝਟ ਸਦੀ ਪੈ ਲੱਗਦਾ ਕਿਉਂ ਰੁਕੈਂਦੇ ਹੋ ਵਾਗ ਛੱਤ ਪਾ ਕੇ ਆਦਿਨ ਇਹਨ ਕਿਸੇ ਨਹੀਂ ਦੱਸਿਆ ਮੇਰੇ ਨਾਲ ਕੌਣ ਪਈ ਆਵੇ ਮੁਹੰਮਦ ਪੇ ਫਰਮੈਨ ਸੁਗਰਾ ਤੇਰੇ ਰਸਤੇ ਤੇ ਕੋਈ ਅੱਜ ਨਬੀ ਬੈਠਾ ਹੈ ਜਿਹੜੇ ਭੈਣਾਂ ਦੇ ਬਿਰਾ ਬੈਠੇ ਨੇ ਜਾਣਦੇ ਨੇ ਬਿਰਾ ਦੀ ਕੰਡ ਤੋਂ ਭੈਣ ਨਹੀਂ ਭੁੱਲਦੀ ਇਹ ਢੇਰ ਮਜਮੇ ਬੈਠਾ ਹੋਵੇ ਭੈਣ ਦੂਰੋਂ ਪਛਾਣ ਲੈਂਦੀ ਉਹ ਮੇਰਾ ਬਿਰਾ ਬੈਠਾ ਪੌਣੇ ਦੋ ਸਾਲ ਦੇ ਬਾਅਦ ਭੈਣ ਨੇ ਮਹਮਲ ਦਾ ਪਰਦਾ ਹਟਾਇਆ ਸੱਜਾਦ ਦੀ ਕੰਡ ਤੇ ਦੀਦ ਪਈ ਹੈ ਨਿੱਕੇ ਨਿੱਕੇ ਹੱਥ ਬੰਨ ਕੇ ਪਈਆ ਦੀ ਚਾਚਾ ਪੌਣੇ ਦੋ ਸਾਲ ਗੁਜ਼ਰ ਗਿਆ ਮੰਗਿਆ ਕੁਝ ਨਹੀਂ ਸੁਗਰਾ ਕਾਇਨਾਤ ਮੰਗ ਮੈਂ ਦੇਵਾਂ ਬੀਬੀ ਆਦੀ ਚਾਚਾ ਕਾਇਨਾਤ ਨਹੀਂ ਮੰਗਦੀ ਹਿੱਕਾ ਮਿੰਨਤ ਕਰੇ ਨਹੀਂ ਆ ਜਿਹੜਾ ਰਾਤ ਤੇ ਬੈਠਾ ਨਾ ਇਹਨੂੰ ਉੱਠਿਆ ਹੈ ਸਹੀ ਮਰਿਆ ਹੈ ਜਿਨ੍ਹਾਂ ਦੇ ਹੱਥ ਮਾਤਮ ਵਾਸਤੇ ਉੱਠ ਗਏ ਨਾ ਅੱਜ ਨਬੀ ਦੀ ਸਿਫਾਰਿਸ਼ ਕਿਉਂ ਕਰੇ ਨਹੀਂ ਹੈ ਰੋ ਗਿਆ ਦੀ ਚਾਚਾ ਅੱਜ ਨਬੀ ਨਹੀਂ ਕੰਡ ਤੋਂ ਦੇਖਾ ਤਬੀਰਾ ਸਜਾਦ ਮਾਤਮ ਕਬੂਲ ਹੋਵੇ ਯਾਰ ਹਾਏ ਕਬੂਲ ਹੋਵੇ ਮੈਂ ਬਿਸਮਿਲਲਾ ਕਰਾਂ ਅਜਾਂ ਬੜੀ ਔਖੀ ਮੰਜ਼ਲ ਹੈ ਮਾਂ ਸਾਹਿਬ ਦੀ ਮੈਂ ਇਮਾਮ ਔਰ ਨਾਇਬ ਇਮਾਮ ਦੀ ਮੁਲਾਕਾਤ ਦਾ ਇੱਕ ਜੁਮਲਾ ਪੜ੍ਹਨਾ ਹੈ ਜਿਵੇਂ ਬੀਬੀ ਆਖਿਆ ਨੇ ਉੱਠੇ ਆਏ ਸਹੀ ਮਰੇ ਆਏ ਨਹੀਂ ਮੁਹੰਮਦ ਹਨਫੀਆ ਘੋੜੇ ਤੇ ਸਵਾਰ ਹੋਏ ਘੋੜਾ ਦੁੜੈਂਦੇ ਆਂਦੇ ਤੇਰੇ ਚੌਥੇ ਇਮਾਮ ਕਿਵੇਂ ਬੈਠਣ ਦੋ ਸਾਨੂੰ ਹੋ ਕੇ ਇਮਾਮ ਬੈਠੇ ਹੈ ਇਮਾਮ ਦੇ ਹੱਥ ਦਾੜੀ ਦੇ ਵਾਲ ਸਫੈਦ ਹੋ ਚੁੱਕੇ ਆ ਸਫੈਦ ਤਾਂ ਹੋਏ ਹਨ ਸਿਮਰ ਜਿਹੜੇ ਤੌਕ ਪਵਾਏ ਹਨ ਹੁਣ ਲੋਹੇ ਦੇ ਕਿਲ ਲੱਗੇ ਹੋਏ ਹਨ ਇਹ ਇਮਾਮ ਬੈਠੇ ਨੇ ਮੁਹੰਮਦ ਹਨਫੀਆ ਇਮਾਮ ਦੇ ਸੱਜੇ ਪਾਸਿਓਂ ਘੋੜਾ ਲਾਇਆ ਵਾਲਾਂ ਤੇ ਨਿਗਾਹ ਪਈ ਹੈ ਅਲੀ ਦਾ ਅਲੀ ਪੁੱਤਰ ਪਿਆ ਤੇ ਸਲਾਮ ਅਲੈਕਾ ਯਾ ਹਯੂ ਹਜ਼ੈਫ ਚਿੱਟੀ ਦਾੜੀ ਵਾਲਾ ਬੁੜਰਾ ਮੇਰਾ ਸਲਾਮ ਹੋਈ ਸ਼ਾਮ ਦੇ ਬਾਜ਼ਾਰ ਕਿਸੇ ਰਾਤ ਰੋਣ ਵਾਲਾ ਆਖਿਆ ਤੇ ਇਮਾਮ ਜਲਾਲ ਚ ਨਹੀਂ ਆਏ ਕਿਸੇ ਬਿਰਾਵਾ ਮੋਇਆ ਆਖਿਆ ਤੇ ਇਮਾਮ ਜਲਾਲ ਚ ਨਹੀਂ ਆਏ ਜਿਵੇਂ ਆਪਣੇ ਖੂਨ ਆਖਿਆ ਨਾ ਜ਼ਈਫ ਮੇਰਾ ਸਲਾਮ ਹੋਈ ਰਾਤ ਵੱਧ ਪਈ ਹੈ ਸਰ ਚਾ ਕੇ ਫਰਮੈਂਦੇ ਨੇ ਮੇਰਾ ਵੀ ਸਲਾਮ ਜਵਾਨ ਚਾਚਾ ਜਿਨ ਸਮਝ ਆਈ ਬੜੇ ਹੌਸਲੇ ਨਾਲ ਬੜੇ ਹੌਸਲੇ ਨਾਲ ਜਵਾਨ ਚਾਚਾ ਮੇਰਾ ਵੀ ਸਲਾਮ ਮੈਨੂੰ ਪਤਾ ਤੁਸੀਂ ਮਾਤਮ ਦੇ ਇੰਤਜ਼ਾਰ ਵਿੱਚ ਮੈਂ ਬਿਲਕੁਲ ਵਹਿਣ ਦੇ ਨੇੜੇ ਆ ਗਿਆ ਇਹ ਜਿਹੜੀ ਜਗ੍ਹਾ ਹੀ ਨਾ ਇਮਾਮ ਦੀ ਰੱਤ ਦੀ ਵਜ੍ਹਾ ਤੋਂ ਸੁਰਖ ਹੈ ਮੁਹੰਮਦ ਪੇ ਫਰਮੈਂਦੇ ਨੇ ਮੁਸਾਫਿਰ ਅਰਬ ਦੇ ਸਹਿਰਾ 'ਚ ਗਰਮ ਹਵਾ ਘੁਲਦੀ ਏ ਜਿਹੜੀ ਮੁਸਾਫਰ ਦੀਆਂ ਅੱਖਾਂ 'ਤੇ ਅਸਰ ਅੰਦਾਜ਼ ਹੁੰਦੀ ਏ ਤੇਰੀਆਂ ਅੱਖਾਂ ਜ਼ਖਮੀ ਹਨ ਰੱਤ ਵੱਧ ਪਈ ਏ ਬੇ ਪਾਸੇ ਮੂੰਹ ਕਰਕੇ ਤੇ ਅੱਖਾਂ ਨਹੀਂ ਮੇਰਾ ਜਿਗਰ ਜ਼ਖਮ ਹੋ ਸਕਦਾ ਇਸੇ ਹਿੱਸੇ 'ਤੇ ਮੇਰੇ ਹਿੱਸੇ ਦੀ ਇਬਾਦਤ ਮੁਕੰਮਲ ਹੋ ਜਾਵੇ ਉਸ ਵੇਲੇ ਮੁਹੰਮਦ ਪੇ ਫਰਮੈਂਦੇ ਨੇ ਮੁਸਾਫਿਰ ਤੁਹਾਡੇ ਚਿਹਰੇ 'ਤੇ ਇਤਨਾ ਨੂਰ ਏ ਮੇਰਾ ਦਿਲ ਕਰਦਾ ਹੈ ਮੈਂ ਘੋੜੇ ਤੋਂ ਲਵਾਂ ਤੁਹਾਡੇ ਦਰਦ ਸੁਣਾ ਕੋਈ ਪੌਣੇ ਦੋ ਸਾਲ ਪਹਿਲੇ ਆਵੇਂ ਆ ਤੇਰੀ ਰੱਤ ਦਾ ਇਲਾਜ ਮਦੀਨੇ 'ਚ ਹੈ ਫਰਮੈਂਦੇ ਨੇ ਕੌਣ ਕਰੇਂਦਾ ਮੁਹੰਮਦ ਆਦਾ ਬਿਸਮਿਲਲਾ ਹਿਰ ਰਹਿਮਾਨ ਰਹੀਮ ਰਿਸ਼ਤੇ 'ਚ ਮੇਰਾ ਭਤਰੀਜਾ ਹੈ ਉਂਝ ਮੇਰਾ ਉਹ ਇਮਾਮ ਹੈ ਨਾਮ ਸਜਾਦ ਹੈ ਤੁਸਾਂ ਸੌਖਾ ਸੁਣਿਆ ਮਦੀਨੇ 'ਚ ਜ਼ਲਜ਼ਲਾ ਆਇਆ ਰੋਜ਼ ਰਸੂਲ ਵਾਲੇ ਪਾਸੇ ਦੇ ਕੇ ਸੈਯਦਾ ਦੇ ਅਰਮਾਨ ਹੈ ਸ਼ਲਾ ਸਜਾਦ ਸ਼ਾਮ ਵਿੱਚ ਮਰ ਗਿਆ ਬਿਸਮਿਲਲਾ ਬਿਸਮਿਲਲਾ ਥੋੜ੍ਹਾ ਜਿਹਾ ਮੇਰਾ ਭਾਈ ਆਵਾਜ਼ ਵਧਾਵੀਂ ਮੈਂ ਪਹਿਲਾਂ ਵੈਣ ਕਰ ਦੇਵਾਂ ਆਦੇ ਨਹੀਂ ਰਾਹ ਛੋੜ ਮੈਂ ਮਜਬੂਰ ਹਾਂ ਗਰੀਬ ਜਿਹੜੀ ਗੱਲ ਕੀਤੀ ਹੈ ਨਾ
बंदा मेरे सामने आवे जड़ा दे सुबह दा मजलिस जाया मेरी हाय नहीं निकली जे मोहम्मद आखे ना रा छोड़ मेरे नाल परदादार है सैयद तड़प क्या दे ना उठा बड़ी मुद्दत दे बाद मैं आज अपनी मर्जी नाल बैठा नहीं तो मैं जिथे बांधा है मैं अकबर दा कातल बनना है मैं जिथे बांधा हाँ कई पासों बास दा कातल आदे नहीं राह छोड़ मैं मजबूर हाँ जिन्हां दियां घरां दे छतां ते अलम लगे हुए हैं सैयद आदे अली दा पुत्र ते मजबूरी बस सैयद साजदीन अपने आप नूं पया दिन हाँ मैं जानदा अक्सर अली दे पुत्रां नूं मजबूरियां खावे नहीं हैं मोहम्मद आदिन मुसाफिर तो है कोई अली दा होर पुत्र ही मजबूर डिठा है तड़पन मौला सजा तेरो के फरमाए दिन हाँ एक डिठा हा नौ लाख तलियां मलदा आदार मां ने एक हमले दी इजाजत मिल आदे नहीं राह छोड़ मैं मजबूर हाँ हल गई मदीने दी नगरी मोहम्मद पहला वैन कर क्या दरा छोड़ मेरे नाल सजा दिखाएने पढ़ियाए निकलिए सजा दना मेरा तवद पिए सैयदा दे तिर नाल सजा दिखाएने मेरे नाल अब्बास दिखाएने हाँ चाओ ना यार मातम वास्ते कोई नहीं जिना हाय कर करोने थोड़ी मजबूरी कोई नहीं है उसले मोहम्मद आदे मुसाफिरा तेरे ते मेरे परदेदार एक फर्क है मोहम्मद हनफी आदे मेरे परदेदार बाजार च खलों वड़दे आदि नहीं रात वद पिए सैयद आदे खलोती ता ज़ैनब भी कदा नहीं 95 घंटे दे निर्वार दे बाद आदि आई मैं ज़हरा दी थी जड़े सिर दा मातम पे कर दे ज़हरा जाइया दी हसरत बाबा देन दियो इजाजत पढ़ा अगला वैन जिन्हें हाय करके मुकान देवनी है उसले मोहम्मद आ दे यार माने तेरी जात कई होर होया मैं अली दा पुत्र बन के तेन अपने तरीके नाल उठाइया सैयद आदे ठहर जा चाचा कोई अरमान ना रह जावी उच्चा वैन करके आदे बाकर जल्दिया मेरी कंड तो चोला चा अलम दी कसम में बाकर चाया नहीं जख्मा तो छोड़ा है जिवे मोहम्मद दी दीद पई है मोहम्मद घोड़े तो धड़े है सजा दी कंड चुम के आदे इंज लगदा है तेरे छोड़ा वाला ला कोई सिर दा पुरसा जा बड़ी औखी मंजल है देन दियो इजाजत जितने सैयद बैठे हो इना बर्दाश्त नहीं करना अलम दी कसम है मदीने दी नगरी हलन लग पई है जिवें कंड ते नजर पई है मोहम्मद आदन मुसाफिरा तेन ते किसे बड़े ही मारे है गरीब हाथ बन क्या दे मिन्नत ला मैं कंड कर बहना अपने परदेदारा नु आख मेरी कंड पिछ लग जावे तुर पैन मोहम्मद हनफिया अकबर दी बहन दे कोला क्या दिन सुगरा जेड़ा रात बैठा है उन किसे बड़े ही तू अकबर दी बहन दी कंड पिछ लंग जा अच्छा चाचा मैं लागवे नहीं अल्लाह दी कायनात च पहला ते आखरी मंदिर बने अल्लाह दी कसम में सक्का भिराए जेड़ा कंड सकी भैने जड़ी परदे बना के लगी आंदी है जिमें सजा दी नजर भैन दे त्रिखे कदमा ते पई है उच्चा रो गया दे कदम हौले चा अकबर नो बरछी खा गई गरीब भैन करके आ दे लग नजर गई है तेरे अकबर नो वेच जंगल दे सहरा है सैयद आदे कोई वीर ना वलिया करा एक वैनिया छोड़ देवा हाथ खोल दियो हाथ चाहो जड़े मातमी हो हाथ चाहो जड़े हल्के च मातम कर दियो सारा मजमा मातमिया दे मैं मातम दी दावत पिया देना भाज पिया तेरा पंजवा इमाम पैरा ते हाथ ला क्या दे जेले तो परदे बना के लगी आई है तेरे प्यो दी पग दा वारस सजा
जनूबी पंजाब दा मजमा मैं गाले च कपड़ा पा के तुहाडी मिन्नत पिया करे ना सैयदा तुहाडा मेहमान है तुहाडे के हाथ पिया बनदा अगर तुहाडे विचों कोई अपनी भैन ना नराजे शरीके दी परवाह बिल्कुल ना करे है मजलब खत्म होवे सीधा भैन दे बूहे ते लगा जावी उना भैना दी कोई जिंदगी नहीं होनी जिन्ना दे फिरा रुसे होए भज पइए सोगरा चादर छणी है नहीं संभली सजा दे पैरा ते झण के आ दिए मैं माफी मंगणा सैया दादा मैं दो देख मेरी अकबर कमा सारे पुरसा दियो ओ तरो डगिया है मेरा हो गया चमा न तबाए रोके आदे बाजार दा दाखला इना बर्दाश्त नहीं करना अगर सिर दा पुरसा पड़ो अजे कोई ना वे जिना सिर दा मातम करना है हुण मैं पर्दा नहीं पा सकदा जनाबे सुगरा सोटी दी टेक ते उठदे आणा हक्कल मार के आ दे अल्लाह दे ना ते दसा मारो बाप हल्ला बटर गई है सैयदादे जेड़ी थोप ते रोंदी आई मारो बाप आई है बीबी आदी जे अम्मा रो बाप है अल्लाह दे ना ते दसा क्यों खाली है झोली मेरी समझ आई प्यो दे